ਹਾਲ ਹੀ ਦੇ ਦਿਨਾਂ 'ਚ ਦੇਖਿਆ ਜਾ ਸਕਦਾ ਹੈ ਕਿ ਵੱਡੇ ਵੱਡੇ ਜਿਹੜੇ ਸਿਤਾਰੇ ਨੇ, ਬੋਲੀਵੁੱਡ ਸੈਲਬਸ ਨੇ, ਉਹਨਾਂ ਦੀਆਂ ਜਿਹੜੀ ਫਿਲਮਾਂ ਨੇ ਬਾਕਸ ਆਫਿਸ 'ਤੇ ਸਫਲ ਹੋਣ ਦੀ ਬਜਾਏ ਅਸਫਲ ਹੋ ਰਹੀਆਂ ਨੇ। ਦੱਸ ਦਈਏ, ਦੋ ਸਿਤਾਰਿਆਂ ਦੇ ਨਾਂ 'ਤੇ ਜਿਹੜਾ ਸਿਨੇਮਾ ਘਰਾਂ 'ਚ ਭੀੜ ਜਿਹੜੀ ਹੈ ਇਕੱਠੀ ਕਰਨ ਦੀ ਗਰੰਟੀ ਦੇਣ ਵਾਲੀ ਫਿਲਮ ਨਿਰਮਾਤਾਵਾਂ ਦੀ ਹੁਣ ਜਿਹੜੀ ਸੋਚ ਹੈ ਉਹ ਵੀ ਜਿਹੜੀ ਹੈ ਗਲਤ ਸਾਬਤ ਹੋ ਰਹੀ ਹੈ। ਦੱਸ ਦਈਏ, ਜਿਹੜੇ ਐਕਟਰਸ ਨੇ, ਜਿਹੜੇ ਸੈਲਬਸ ਨੇ, ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸਦੇ, ਅਕਸ਼ੇ ਕੁਮਾਰ, ਅਜੇ ਦੇਵਗਨ ਅਤੇ ਜਾਨਵੀ ਕਪੂਰ ਵਰਗੇ ਕਲਾਕਾਰਾਂ ਦੀਆਂ ਜਿਹੜੀ ਫਿਲਮਾਂ ਦਾ ਕੁਲੈਕਸ਼ਨ ਹੈ ਉਹ ਜਿਹੜਾ ਨਿਰਾਸ਼ ਜਿਹੜਾ ਲੋਕਾਂ ਨੂੰ ਜਾਂ ਉਹਨਾਂ ਨੂੰ ਕਰ ਰਿਹਾ ਹੈ। ਦੱਸ ਦਈਏ, ਇਹਨਾਂ ਤਿੰਨਾਂ ਦੀਆਂ ਹਾਲ ਹੀ ਦੀਆਂ ਕੁਝ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਕੁਲੈਕਸ਼ਨ ਜਿਹੜਾ ਹੈ ਨਿਰਾਸ਼ਜਨਕ ਦਿਖਾਈ ਦੇ ਰਿਹਾ ਹੈ। ਦੇਸ਼ ਦੇ ਕਈ ਸੁਪਰਸਟਾਰਾਂ 'ਚੋਂ ਇੱਕ ਅਜੇ ਦੇਵਗਨ ਆਪਣੀ ਅਦਾਕਾਰੀ ਅਤੇ ਸਟਾਰਡਮ ਲਈ ਮਸ਼ਹੂਰ ਨੇ, ਪਰ ਹਾਲ ਹੀ 'ਚ ਰਿਲੀਜ਼ ਹੋਈ ਉਹਨਾਂ ਦੀ ਫਿਲਮ ਦੇ ਸ਼ੁਰੂਆਤੀ ਦਿਨ ਜਿਹੜੇ ਦੇ ਸ਼ੁਰੂਆਤੀ ਅੰਕੜੇ ਜਿਹੜੇ ਨੇ ਹੈਰਾਨ ਕਰਨ ਵਾਲੇ ਨੇ। ਦੱਸ ਦਈਏ, ਫਿਲਮ ਨੇ ਪਹਿਲੇ ਦਿਨ 1.70 crore ਰੁਪਏ ਅਤੇ ਵੀਕਐਂਡ 'ਤੇ 5.25 crore ਰੁਪਏ ਦੀ ਕਮਾਈ ਕੀਤੀ, ਜਿਸ ਨੇ ਅਜੇ ਦਾ 14 saal ਦਾ ਰਿਕਾਰਡ ਜਿਹੜਾ ਹੈ ਉਹ ਤੋੜ ਦਿੱਤਾ ਹੈ। ਜੀ ਹਾਂ, ਦੱਸ ਦਈਏ, ਪਿਛਲੇ 14 saal 'ਚ ਅਜੇ ਦੇਵਗਨ ਦੀ ਕਿਸੇ ਵੀ ਫਿਲਮ ਨੇ ਓਪਨਿੰਗ ਡੇ 'ਤੇ ਇੰਨਾ ਘੱਟ ਕਲੈਕਸ਼ਨ ਜਿਹੜਾ ਹੈ ਉਹ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ 2010 'ਚ ਰਿਲੀਜ਼ ਹੋਈ ਧੁਨਪੁਰ ਦੀ ਸੁਪਰ ਹੀਰੋ ਫਿਲਮ ਨੇ 0.44 crore ਰੁਪਏ ਦਾ ਜਿਹੜਾ ਕਾਰੋਬਾਰ ਕੀਤਾ ਸੀ, ਕਲੈਕਸ਼ਨ ਜਿਹੜੀ ਸੀ ਉਹ ਕੀਤੀ ਸੀ। ਦੱਸ ਦਈਏ, ਸ਼ਾਇਦ ਅਜੇ ਦੇਵਗਨ ਵੀ ਦੂਜਿਆਂ ਦੇ ਮੁਕਾਬਲੇ ਘੱਟ ਕਮਾਈ ਦਾ ਅੰਦਾਜ਼ਾ ਲਗਾਉਣ ਦੀ ਹਿੰਮਤ ਰੱਖਦੇ ਹੋਣ। ਦੱਸ ਦਈਏ, ਇਸ ਦੇ ਨਾਲ ਹੀ ਕਈ ਟ੍ਰੇਲਰ ਲਾਂਚ ਦੇ ਸਮੇਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਫਿਲਮ ਦੀ ਕਹਾਣੀ ਬਹੁਤ ਪਸੰਦ ਆਈ ਹੈ, ਪਰ ਉਹ ਇਸ ਦੇ ਬਾਕਸ ਆਫਿਸ ਕਲੈਕਸ਼ਨ ਬਾਰੇ ਕੁਝ ਨਹੀਂ ਕਹਿ ਸਕੇ। ਅਜਿਹੀ ਹਾਲਤ 'ਚ ਦੱਸ ਦਈਏ ਅਕਸ਼ੇ ਕੁਮਾਰ ਦੀ ਵੀ ਹੈ। ਦੱਸ ਦਈਏ, ਪਿਛਲੇ ਕੁਝ ਸਾਲਾਂ 'ਚ ਉਹਨਾਂ ਦੀ ਲਗਭਗ 9 films ਜਿਹੜੀਆਂ ਨੇ ਸਫਲ ਨਹੀਂ ਹੋ ਸਕੀਆਂ ਅਤੇ ਉਹਨਾਂ ਦੀ ਆਖਰੀ ਫਿਲਮ ਸਰਫਿਰਾ ਦੀ ਓਪਨਿੰਗ ਡੇ ਦੀ ਕਮਾਈ 2.50 crore ਰੁਪਏ ਸੀ। ਦੱਸ ਦਈਏ, ਇਸ ਸਾਲ ਬੜੇ ਮੀਆਂ ਛੋਟੇ ਮੀਆਂ ਤੋਂ ਪਹਿਲਾਂ ਆਈ ਰਾਣੀਗੰਜ ਨੇ ਵੀ ਪਹਿਲੇ ਦਿਨ ਸਿਰਫ 2.80 crore ਦੀ ਕਮਾਈ ਜਿਹੜੀ ਹੈ ਕੀਤੀ ਹੈ। ਆਪਣੀ ਫਿਲਮਾਂ ਦੀ ਅਸਫਲਤਾ 'ਤੇ ਅਕਸ਼ੇ ਨੇ ਹਾਲ ਹੀ 'ਚ ਬਿਆਨ ਵੀ ਦਿੱਤਾ ਸੀ ਕਿ ਉਹਨਾਂ ਦੀਆਂ ਪਿਛਲੀਆਂ ਕੁਝ ਫਿਲਮਾਂ ਜਿਹੜੀਆਂ ਨੇ ਉਹ ਨਹੀਂ ਚੱਲ ਰਹੀਆਂ, ਪਰ ਬਹੁਤ ਮਿਹਨਤ ਕਰਦੇ ਨੇ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਫਿਲਮ ਦੀ ਅਸਫਲਤਾ ਤੋਂ ਬਾਅਦ ਲੋਕ ਉਹਨਾਂ ਨੂੰ ਇਸ ਤਰ੍ਹਾਂ ਸੰਦੇਸ਼ ਦਿੰਦੇ ਨੇ ਜਿਵੇਂ ਉਹ ਇਸ ਦੁਨੀਆਂ ਨੂੰ ਛੱਡ ਰਹੇ ਹੁਣ। ਦੱਸ ਦਈਏ, ਅਲਵਿਦਾ ਕਹਿ ਚੁੱਕੇ ਨੇ। ਦੱਸ ਦਈਏ, ਪਹਿਲਾਂ ਲੋਕ ਫਿਲਮ ਦੇ ਗਾਣੇ ਦੇਖਣ ਤੋਂ ਬਾਅਦ ਫਿਲਮ ਦੇਖਣ ਜਾਂਦੇ ਸੀ, ਪਰ ਹੁਣ ਲੋਕ ਟ੍ਰੇਲਰ ਦੇਖ ਕੇ ਫਿਲਮ ਦੇਖਦੇ ਨੇ। ਦੱਸ ਦਈਏ, ਦਰਸ਼ਕ ਜਿਹੜੇ ਨੇ ਟ੍ਰੇਲਰ ਨੂੰ ਪੂਰਾ ਤਰ੍ਹਾਂ ਫੈਸਲਾ ਜਿਹੜਾ ਹੈ ਉਹ ਟ੍ਰੇਲਰ ਤੋਂ ਦੇਖ ਕੇ ਕਰਦੇ ਨੇ ਕਿ ਫਿਲਮ ਜਿਹੜੀ ਹੈ ਉਹਨੂੰ ਦੇਖਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਹੈ। ਅਜੇ ਦੀਆਂ ਜਿਹੜੀਆਂ ਫਿਲਮਾਂ ਨਹੀਂ ਚੱਲੀਆਂ ਕਿਉਂਕਿ ਇਹ ਲੋਕ ਫਿਲਮਾਂ ਨੂੰ ਪ੍ਰਮੋਟ ਨਹੀਂ ਕਰਦੇ। ਦੱਸ ਦਈਏ, ਖਾਲੀ ਟ੍ਰੇਲਰ ਲਾਂਚ ਦਾ ਸੋਸ਼ਲ ਮੀਡੀਆ ਤੋਂ ਲੋਕਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਫਿਲਮ ਕਿਸ ਬਾਰੇ ਹੈ? ਦੱਸ ਦਈਏ, ਇੰਟਰਵਿਊ ਨਾ ਦੇਣ, ਮੀਡੀਆ ਨਾਲ ਗੱਲਬਾਤ ਨਾ ਕਰਨਾ, ਠੀਕ ਹੈ, ਫਿਲਮ ਬਾਰੇ ਗੱਲ ਨਾ ਕਰਨਾ ਹੀ ਇਹ ਨਵੀਂ ਪਰੰਪਰਾ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ। ਟ੍ਰੇਲਰ ਲਾਂਚ ਕਰਕੇ ਇਸ ਨੂੰ ਖਤਮ ਕਰ ਦਿੱਤਾ, ਇਹ ਕੰਮ ਨਹੀਂ ਕਰ ਸਕਦੇ। ਦੱਸ ਦਈਏ, ਜੇਕਰ ਅਦਾਕਾਰਾ ਦਰਸ਼ਕਾਂ ਨਾਲ ਜੁੜਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਪਣੇ ਸਿਨੇਮਾ ਬਾਰੇ ਗੱਲ ਕਰਨੀ ਪਵੇਗੀ। ਇਸ ਹਫ਼ਤੇ ਰਿਲੀਜ਼ ਹੋਈ, ਦੱਸ ਦਈਏ, ਜਾਨਵੀ ਦੀ ਉਲਝ ਨੇ ਜਿੱਥੇ ਦਰਸ਼ਕਾਂ ਨੂੰ ਉਲਝਾਇਆ ਉੱਥੇ ਹੀ ਵਿੱਕੀ ਕੌਸ਼ਲ ਦੀ ਬੁਰੀ ਖਬਰ, ਬੈਡ ਨਿਊਜ਼, ਕੋਈ ਬਹੁਤੀ ਚੰਗੀ ਖਬਰ ਨਹੀਂ ਸਾਬਤ ਹੋਈ। ਦੱਸ ਦਈਏ, ਫਿਲਮ ਨਿਰਮਾਤਾ ਹੈਰਾਨ ਅਤੇ ਚਿੰਤਤ ਨੇ, ਪਰ ਚੰਗੀਆਂ ਕਹਾਣੀਆਂ ਅਤੇ ਜਿਹੜੀ ਸਟੋਰੀ ਬਜਟ ਦੇ ਕਾਰਨ ਸ਼ਾਇਦ
ਇਹ ਜਿਹੜੀ ਸਮੱਸਿਆ ਜਿਹੜੀ ਲੋਅ ਬਜਟ ਕਾਰਨ ਨੇ ਜਿਹੜੀ ਸਮੱਸਿਆ ਹੈ ਉਹ ਕੁਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮਾਂ ਜਿਹੜੀਆਂ ਨੇ ਉਹ ਘੱਟ ਕੁਲੈਕਸ਼ਨ ਕਰ ਰਹੀਆਂ ਨੇ ਅਤੇ ਦੱਸ ਦਈਏ ਬਜਟ ਸ਼ਾਇਦ ਚੰਗਾ ਬਜਟ ਜਿਹੜਾ ਚੰਗੀਆਂ ਕਹਾਣੀਆਂ ਚੰਗਾ ਬਜਟ ਜਿਹੜਾ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।